ਗੁਰੂ ਰੂਪਿਆਰੀ ਸਾਧ ਸੰਗਤ ਜੀ ਪਾਈ ਸਾ ਪਾਈ ਵੀਰ ਸਿੰਘ ਜੀ ਦੀ ਕਮੌਲਕ ਲਿਖਤ ਹੈ ਰਾਣਾ ਸੂਰਜ ਸਿੰਘ ਇਹ ਉਹਨਾਂ ਦੀ ਉਹ ਲਿਖਤ ਹੈ ਜਿਹੜੀ ਵਿਸਮਾਦ ਨਾਲ ਭਰਪੂਰ ਹੈ ਤੇ ਇਸ ਵਿੱਚ ਪਰਮਾਰਥ ਦੇ ਜਿਹੜੇ ਗੁੱਝੇ ਡੂੰਗੇ ਭੇਦ ਹਨ ਉਹ ਮੌਜੂਦ ਹਨ ਇਸ ਲਿਖਤ ਵਿੱਚ ਇਹ ਗੱਲ ਇਹ ਵੀ ਬੜੀ ਸੁੰਦਰ ਤਰੀਕੇ ਨਾਲ ਪੇਸ਼ ਕੀਤੀ ਗਈ ਹੈ ਕਿ ਕਿਵੇਂ ਰਾਣੀ ਰਾਜਕੋਰ ਕੁਦਰਤ ਨਾਲ ਗੱਲਾਂ ਕਰਦੀ ਹੈ ਇਸ ਤੋਂ ਪਤਾ ਲੱਗਦਾ ਹੈ ਕੁਦਰਤ ਸਾਡੇ ਨਾਲ ਕਿਵੇਂ ਇੱਕਮਿਕ ਹੈ ਯਾਨੀ ਪ੍ਰਭੂ ਦਾ ਹੀ ਸਰਗੁਣ ਸਰੂਪ ਹੈ ਕੁਝ ਦਿਨ ਪਹਿਲੇ ਦਿਲ ਵਿੱਚ ਤੀਬਰ ਇੱਛਾ ਸੀ ਕਿ ਰਾਣਾ ਸੂਰਜ ਸਿੰਘ ਜੀ ਦੀ ਪੂਰੀ ਜਿਹੜੀ ਕਿਤਾਬ ਹੈ ਉਸ ਨੂੰ ਰਿਕਾਰਡ ਕੀਤਾ ਜਾਵੇ ਉਸ ਦੀ ਆਡੀਓ ਬਣਾ ਦਿੱਤੀ ਜਾਵੇ ਸੋ ਇਹ ਚਾਹਨਾ ਉੱਠੀ ਆਪਣੇ ਸਤਸੰਗੀ ਵੀਰ ਨਾਲ ਵੀ ਗੱਲ ਕੀਤੀ ਕਿ ਇਸ ਨੂੰ ਰਿਕਾਰਡ ਕਰਾਂ ਪਰ ਬਾਅਦ ਵਿੱਚ ਇਹ ਖਿਆਲ ਆਇਆ ਕਿਉਂਕਿ ਇਹ 250 ਪੇਜ ਦੀ ਕਿਤਾਬ ਹੈ ਬਹੁਤ ਵੱਡੀ ਹੈ ਤੇ ਸੰਗਤਾਂ ਚਾਹੁੰਦੀਆਂ ਹਨ ਕਿ ਛੋਟੀਆਂ-ਛੋਟੀਆਂ ਸਾਖੀਆਂ ਰਿਕਾਰਡ ਕਰੀਏ ਤੇ ਫਿਰ ਇਹ ਆਈਡੀਆ ਛੱਡ ਦਿੱਤਾ ਗਿਆ ਸਿਰਫ ਇਸ ਵਿੱਚ 2 4 6 80 ਪੇਜ ਕੀਤੇ ਸੰਗਤਾਂ ਦੇ ਤਾਂ ਕਿ ਉਹਨਾਂ ਨੂੰ ਜਦੋਂ ਸੁਣਨਗੇ ਜਿਵੇਂ ਪੱਤਰ ਸ਼ਰੀਰਕ ਰਸ ਪੱਤਰ ਪ੍ਰੇਮ ਪ੍ਰਕਾਸ਼ ਜਾਂ ਫਿਰ ਉਡਾਰੀ ਦਰਸ਼ਨ ਇਹੋ ਜਿਹੇ ਜਦੋਂ ਪ੍ਰਸੰਗ ਸੁਣਨਗੇ ਤਾਂ ਉਹਨਾਂ ਦੇ ਅੰਦਰ ਚਾਹ ਨਾ ਉੱਠੇਗੀ ਉਹ ਆਪ ਕਿਤਾਬ ਪੜ੍ਹਨ ਪਰ ਫਿਰ ਇੱਕ ਕਿਸੇ ਸਤਸੰਗੀ ਪ੍ਰੇਮੀ ਨੇ ਉਹ ਜੜਿਆਂ ਹੀ ਸੰਨ ਉਹਨਾਂ ਨੂੰ ਸਰਵਣ ਕਰਕੇ ਹੁਕਮ ਕੀਤਾ ਕਿ ਨਹੀਂ ਤੁਸੀਂ ਪੂਰੀ ਕਿਤਾਬ ਪੜ੍ਹੋ ਸੋ ਫਿਰ ਆਪ ਜੀ ਦੇ ਸਾਹਮਣੇ ਬੇਟ ਕਰ ਰਹੇ ਹਾਂ ਜੀ ਆਓ ਪਿਆਰ ਨਾਲ ਸਰਵਣ ਕਰਿਏ ਰਾਣਾ ਸੂਰਜ ਸਿੰਘ ਲਿਖਤ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਉਸ ਦੀ ਉਥਾਨਕਾ ਲਿਖੀ ਹੈ ਤਾਂ ਜੋ ਇਸ ਲਿਖਤ ਦੇ ਬਾਰੇ ਤੁਹਾਨੂੰ ਸੰਖੇਪ ਵਿੱਚ ਪਤਾ ਚੱਲੇ ਕਿ ਇਹ ਹੈ ਕੀ ਹੋ ਜੀ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮੈਂ ਭਵਰ ਰਹੇ ਲਪਟਾਏ ਇਸ ਦਿਸ ਦੇ ਵਸਦੇ ਸੰਸਾਰ ਵਿੱਚ ਪ੍ਰੇਮ ਇੱਕ ਅਜਹੀ ਚਰਨਾਹਟ ਹੈ ਜੋ ਕਿਸੇ ਅਣਦਿਸ ਦੇ ਨਕਸ਼ੇ ਦੀਆਂ ਖੂਹਾਂ ਪਾਉਂਦੀ ਹੈ ਇਹ ਕੋਈ ਅਜਈ ਖਿੱਚ ਹੈ जो सारे दिस्दे तों ऊपर किसे ऐसी अलौकिकता व ले जांदी है जिस दा के ए अक्ष जाबदा है ए कोई ऐसी रसायन कोई ऐसी काया पलट बिजली शक्ति है के रूप तों अरूप ते अरूप तों रूप नक्शे पलटने इस दे स्वभावक चमत्कार हैं। असल विच सारे पसारे दी ए कुंजी है जो दिस्दे दे दे मगर बैठी व्यापक ते सत्य स्वरूप हस्ती दा पता देंदी ਤੇ ਉਸ ਤੱਕ ਲੈ ਜਾਂਦੀ ਹੈ ਅਣਦਿਸ ਦੇ ਵਿੱਚ ਵਸਦੇ ਵਿਆਪਕ ਸਰੂਪ ਦਾ ਛਲਕਾ ਇਸ ਦਿਸ ਦੇ ਵਿੱਚ ਪੈਂਦਾ ਹੈ ਉਸ ਦੇ ਪ੍ਰੇਮ ਸਰੂਪ ਦਾ ਅਕਸ ਦਿਲਾਂ ਤੇ ਮੂਰਤੀਮਾਨ ਹੁੰਦਾ ਹੈ ਤੇ ਇਉਂ ਦਿਲਾਂ ਵਿੱਚ ਪਿਆਰ ਦਾ ਮਾਦਾ ਹੈ ਇਹੋ ਉਛਾਲੇ ਪਾਉਂਦਾ ਹੈ ਆਪਣੇ ਕਾਰਨ ਸਤ ਸਰੂਪ ਅਕਾਲ ਵੱਲ ਪਰ ਪ੍ਰੇਮ ਦਾ ਉਛਾਲਾ ਦਿਸ ਦੇ ਸੰਸਾਰ ਵਿੱਚ ਵੀ ਪਰਸਪਰ ਉਛਾਲੇ ਪਾਉਂਦਾ ਹੈ वो कई रूप लेंदा है, जिन्ना वो बेगरज आता है उन्ना वो उच्चा है इस प्यार दा एक होर रंग है दिल प्यार उछलते हैं पर दिलों का मिलना दिला दे महरम मालक का करिश्मा है दिल नहीं जाते किस दिल मिलना है पर महरम मालक दिलों का जाता है कि किड़े दिल मेल खाणगे ਸੋ ਉਹ ਦਿਲਾਂ ਨੂੰ ਮੇਲਦਾ ਹੈ ਅੱਖਾਂ ਚਾਰ ਹੁੰਦਿਆਂ ਕਿ ਨਾਮ ਸੁਣਦਿਆਂ ਬਿਨਾਂ ਕਿਸੇ ਕਾਰਨ ਦੇ ਧੂ ਪੈਂਦੀ ਤੇ ਦਾਮਨਿਕ ਰੌਂ ਵਜਦੀ ਹੈ ਕਿ ਸਾਧਾਰਨ ਹਿੱਤੋਂ ਵੱਧ ਕੇ ਦੋਹਾਂ ਨੂੰ ਪਿਆਰ ਵਿੱਚ ਪ੍ਰੋਹ ਜਾਂਦੀ ਹੈ ਲੰਘਈ ਸਦੀ ਵਿੱਚ ਇਸ ਪਿਆਰ ਪ੍ਰੇਮ ਦਾ ਇੱਕ ਅਖ ਚੁੰਦਿਆ ਉਲਿਸ਼ਕਾਰਾ ਇੱਕ ਰਾਜ ਰਾਨੀ ਦੇ ਜੀਵਨ ਵਿੱਚ ਚਮਕਾਰਾ ਮਾਰ ਗਿਆ ਇਸ ਰਾਜ ਰਾਨੀ ਦਾ ਆਪਣੇ ਪ੍ਰਾਨਪ੍ਰੀਏ ਪਤੀ ਨਾਲ ਜੋ ਪਿਆਰ ਸੀ ਉਸ ਦਾ ਅਗਲੇ ਪਤਰਿਆਂ ਤੇ ਕੁਝ ਹਾਲ ਵਰਣਨ ਕੀਤਾ ਹੈ ਇਸ ਦੇ ਪ੍ਰਾਨਪ੍ਰੀਆ ਰਾਣਾ ਸੁਰਤ ਸਿੰਘ ਨੂੰ ਵੀ ਰਾਣੀ ਨਾਲ ਹੀ ਸੀ ਪਰ ਉਸ ਦੇ ਗਿਆਨਵਾਨ ਔਰ ਗੁਰੂ ਪਰਮੇਸ਼ਰ ਦੀ ਯਾਦ ਨਾਲ ਪਰੋਤੇ ਹੋਏ ਹਿਰਦੇ ਦਾ ਪ੍ਰੇਮ ਸ਼ੀਸ਼ੇ ਵਾਂਗ ਪਾਰਦਰਸ਼ਕ ਔਰ ਪ੍ਰਕਾਸ਼ਮਾਨ ਸੀ ਵਹਿਣ ਜਾਂ ਰੋੜ ਵਾਲੀ ਭਾਂ ਦਾ ਮੋਹ ਹੋਬ ਕੇ ਪਿਆਰ ਨਹੀਂ ਸੀ ਸਗੋਂ ਟਿਕਾਉ ਤੇ ਸਵਛਤਾ ਭਰਿਆ ਗੁਰਮੁਖਾਂ ਵਾਲਾ ਪ੍ਰੇਮ ਸੀ ਉਹ ਆਪਣੀ ਪਿਆਰੀ ਨੂੰ ਵੀ ਪਰਮੇਸ਼ਰ ਦੇ ਪ੍ਰੇਮ ਨਾਲ ਪਰੋਣਾ ਚਾਹੁੰਦਾ ਸੀ ਪਰ ਰਾਣੀ ਦੇ ਉਸ ਨਾਲ ਉਮੜੇ ਹੋਏ ਪਿਆਰ ਵਿੱਚ ਥਾਂ ਨਹੀਂ ਸੀ ਮਿਲਦੀ ਕਿ ਜਿੱਥੋਂ ਉਹ ਉਸ ਨੂੰ ਇਸ ਰੰਗਣ ਦਾ ਟਿੱਪਣ ਕਰ ਸਕੇ ਉਸ ਦਾ ਆਤਮਾ ਨਾਮਦਾਨ ਅਰ ਜੀਦਾਨ ਦੇਣ ਵਾਸਤੇ ਸਦਾ ਉਦਿਤ ਰਹਿੰਦਾ ਸੀ ਪਰ ਰਾਣੀ ਦਾ ਤਿੱਖੇ ਵੇਗ ਵਾਲਾ ਪਿਆਰ ਦਾਤੇ ਦੇ ਦਾਨ ਨਾਲੋਂ ਦਾਤੇ ਵੱਲ ਵਧੇਕ ਰੁਖ ਰੱਖਦਾ ਸੀ ਔਰ ਇਸੇ ਕਰਕੇ ਦਾਤੇ ਦੇ ਸ਼ਰੀਰ ਦਾ ਪਿਆਰ ਦਾਤੇ ਦੀ ਉੱਚ ਦਾਤ ਨਾਲੋਂ ਵਧੇਕ ਮਿੱਠਾ ਲੱਗਦਾ ਸੀ ਸੱਚ ਤਾਂ ਇਹ ਹੈ ਕਿ ਦਾਤ ਨੂੰ ਬੇਲੋੜ ਭਿਖਾਰੀ ਨੂੰ ਦਾਤੇ ਤੇ ਦੇ ਆਤਮਾ ਨੂੰ ਵਿਤਰੇ ਕਰਨ ਦੀ ਵਿਹਲ ਹੀ ਕਿੱਥੇ ਹੋ ਸਕਦੀ ਸੀ ਉਸ ਨੂੰ ਤਾਂ ਜੋ ਦਿਸਦਾ ਸੀ ਉਹ ਸੰਪੂਰਨ ਦਿਸਦਾ ਸੀ ਇਸ ਦਾ ਇਹ ਭਾਵ ਨਹੀਂ ਕਿ ਉਹ ਪਰਮਾਰਥ ਤੋਂ ਉੱਕੀ ਹੀ ਬੁਣੀ ਸੀ ਉਹ ਸਿੱਖ ਰਾਣੇ ਦੀ ਕਨਿਆ ਸਿੱਖ ਮਾਤਾ ਦੀ ਦੁਲਾਰੀ ਸਿੱਖ ਸੰਗਤ ਵਿੱਚ ਪੱਲੀ ਅੰਮ੍ਰਿਤਧਾਰੀ ਸਿੱਖ ਪਤੀ ਦੀ ਣਾਰ ਸਿੱਖ ਧਰਮ ਦੇ ਸਭ ਗੁਣਾਂ ਨੂੰ ਜਾਣਨ ਵਾਲੀ ਸੀ ਨਿਤਨੇਮ ਨਾਮ দান ਇਸ਼ਨਾਨ ਵਿੱਚ ਸਿੱਖੀ ਨੂੰ ਨਿਭਾਉਂਦੀ ਸੀ ਸਦਾਚਾਰ ਤੇ ਧਰਮ ਭਾਵ ਦੀ ਪੁਤਲੀ ਸੀ ਪਰ ਪਤੀ ਪਿਆਰ ਦੀ ਕਾਂਗ ਵਿੱਚ ਉਹ ਪਤੀ ਵਿੱਚ ਗੁਰਮੁਖ ਦੀ ਜਾਣੂ ਨਹੀਂ ਸੀ ਪਿਆਰ ਦੇ ਰੋਹ ਵਿੱਚ ਸਭ ਗੁਣਾਂ ਵਾਲੀ ਸੀ ਪਰ ਗੁਣ ਆਪਣਾ ਵਖਰਾ ਸਾਫ ਪ੍ਰਭਾਵ ਦਿਖਾ ਨਹੀਂ ਸਕਦੇ ਜਿਕਰ ਚੰਦਰਮਾ ਦੇ ਪ੍ਰਕਾਸ਼ ਵਿੱਚ ਤਾਰੇ ਦਿਸਦੇ ਤਾਂ ਰਹਿੰਦੇ ਹਨ ਪਰ ਉਸ ਦੀ ਚਾਂਦਨੀ ਦੀ ਬਹੁਲਤਾ ਵਿੱਚ ਆਪਣੇ ਚਾਨਣੇ ਦਾ ਕੋਈ ਵਖਰਾ ਸਰੂਪ ਨਹੀਂ ਦਿਖਾ ਸਕਦੇ ਅਰਥਾਤ ਇਹ ਗੁਣ ਉਸ ਵਿੱਚ ਤਿਲਕਵੇਂ ਨਹੀਂ ਸਗੋਂ ਆਪਣੇ ਟਿਕਾਣੇ ਖੜੇ ਪਿਆਰ ਦੇ ਹਿਲੋਰਿਆਂ ਦੀ ਠਰਾਟ ਵਿੱਚ ਨਾਲ ਹੀ ਮਿਲੇ ਰਹਿੰਦੇ ਸੀ ਰਾਣਾ ਸੂਰਜ ਸਿੰਘ ਜੀ ਅੰਤ ਨੂੰ ਕਿਸੇ ਜੁਗਤ ਨਾਲ ਕੁਝ ਕਾਮਯਾਬ ਹੋਏ ਕਰਵਾਲੀ ਨੂੰ ਪਰਲੋਕਿਕ ਰਸਤੇ ਨਕਸ਼ਦਾ ਹਾਲ ਕੁਝ ਕੋ ਸੁਝਾਇਆ ਉਸਨੇ ਜਦ ਇਨਾ ਗਲਾਂ ਦੇ ਕੁਝ ਵੇਰਵੇ ਸੁਨੇ ਤਾਂ ਡਿਠਾ ਕਿ ਆਤਮਾ ਵਸਤੂ ਇੱਕ ਅਸਚਰਜ ਸਤਿਅਤਾ ਹੈ ਪਰ ਇਹ ਆਪਣਾ ਕੁਝ ਪੂਰਾ ਪ੍ਰਭਾਵ ਨਾ ਪਾ ਸਕੇ ਸਗੋਂ ਦਾਤੇ ਦਾ ਸਤਕਾਰ ਦਾਤੇ ਦਾ ਪਿਆਰ ਦਾਤੇ ਦੀ ਖਿੱਚ ਹੋਰ ਵੱਧ ਗਈ ਪਤੀ ਹੋਰ ਵਧੀਕ ਕਦਰਯੋਗ ਤੇ ਪਿਆਰਾ ਹੋ ਪਾਸਿਆ ਰਾਣੇ ਦਾ ਇਹ ਯਤਨ ਕਿ ਨਿਰੇ ਮੇਰੇ ਨਾਲ ਔਟਟ ਪ੍ਰੇਮ ਦੀ ਥਾਂ ਰਾਣੀ ਨੂੰ ਵਾਹਿਗੁਰੂ ਸਰੂਪੇ ਟਿਕਾਉ ਤੇ ਲੀਨਤਾ ਮਿਲ ਜਾਵੇ ਕੁਝ ਹੋਰ ਰੰਗ ਪਲਟ ਗਿਆ ਆਸਤਕ ਭਾਵ ਵਿੱਚ ਅਰ ਵਿਸ਼ਵਾਸ ਵੀ ਤਾਂ ਰਾਣੀ ਹੋਰ ਵੱਧ ਗਈ ਔਰ ਇਹ ਭਾਵ ਆਤਮਾ ਵਿੱਚ ਹੋਰ ਡੂੰਗੇ ਸਿੰਜਰ ਗਏ ਪਰ ਨਾਲ ਹੀ ਪਤੀ ਨਾਲ ਖਿੱਚ ਐਨੀ ਵਧੀ ਕਿ ਜਿਸ ਦੀ ਨਜ਼ੀਰ ਨਾਸ਼ਮਾਨ ਮਨੁੱਖ ਸ਼੍ਰੇਣੀ ਵਿੱਚ ਮਿਲਣੀ ਕਠਿਨ ਹੈ ਰਾਣੇ ਦੀ ਕੋਸ਼ਿਸ਼ ਜ਼ਰੂਰ ਸਿਰੇ ਚੜਦੀ ਔਰ ਉਹ ਆਪਣੀ ਰਾਣੀ ਨੂੰ ਆਪਣੇ ਵਰਗਾ ਆਤਮ ਅਵਸਥਾ ਅਰੂੜ ਭਗਤ ਬਣਾ ਲੈਂਦਾ ਪਰ ਕਾਦਰ ਦੀ ਰਜ਼ਾ ਨੇ ਪੰਥ ਵੱਲੋਂ ਸਦਾ ਪਰਮੇਸ਼ਰ ਦਾ ਭਿਜਵਾ ਦਿੱਤਾ ਕਿ ਧਰਮ ਯੁੱਧ ਵਿੱਚ ਆ ਕੇ ਹਿੱਸਾ ਲਵ ਜੋ ਰਾਣੀ ਜੀ ਦਾ ਪੰਥਕ ਪ੍ਰੇਮੀ ਮਨ ਹਲਕ ਵਿੱਚ ਹਾਲਕ ਦੇ ਸਦਾ ਹਾਜ਼ਰ ਨਾਜ਼ਰ ਰਹਿਣ ਦਾ ਨਜ਼ਾਰਾ ਕਰਨ ਵਾਲਾ ਹਿਰਦਾ ਔਰ ਰਜ਼ਾ ਦੀ ਅਵਸਥਾ ਵਿੱਚ ਸਦਾ ਅਰੂੜ ਚਿਤ ਪਰਵਾਨ ਕਰਕੇ ਤੁਰਪੇ ਉਥੇ ਰਜ਼ਾ ਦੀ ਮੋਜ ਨੇ ਉਸ ਦੇ ਪਰਮ ਪਵਿੱਤਰ ਸ਼ਰੀਰ ਨੂੰ ਪਰਮੇਸ਼ਰ ਗੁਰੂ ਪੰਥ ਔਰ ਦੇਸ਼ ਦੀ ਸੇਵਾ ਵਿੱਚ ਸਫਲ ਕਰ ਲਿਆ ਔਰ ਇਹ ਵੀ ਰਸੀ ਵਾਸ਼ਨਾ ਸੰਪੂਰਨ ਹੋ ਗਏ ਜਬ ਆਉ ਕੀ ਆਉਦ ਨਿਧਾਨ ਬਨੇ ਅਤਹੀ ਰਣ ਮੈਂ ਤਬ ਜੂਝ ਮਰੂ ਰਾਣੀ ਵਾਸਤੇ ਇਹ ਖਬਰ ਕੋਈ ਮਾਮੂਲੀ ਬਾਤ ਨਹੀਂ ਹੋ ਸਕਦੀ ਸੀ ਉਸ ਦੇ ਪਿਆਰ ਸਰੂਪ ਦਿਲ ਨੇ ਜੋ ਵਿਛੋੜੇ ਦੇ ਦਿਨਾਂ ਵਿੱਚ ਸਾਰੀ-ਸਾਰੀ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥੇ ਰੱਖੇ ਇਕਜਿਤ ਪ੍ਰਾਰਥਨਾ ਵਿੱਚ ਬਿਤਾਉਂਦੀ ਸੀ ਕਿ ਮੇਰਾ ਪਤੀ ਜੰਗ ਜਿੱਤ ਕੇ ਵਿਜੇ ਦਾ ਡੰਕਾ ਵਜਾਉਂਦਾ ਵਾਪਸ ਆਵੇ ਨੇ ਇਸ ਬਿਜਲੀ ਵਰਗੀ ਛਟ ਨੂੰ ਮੂਲ ਨਾ ਸਹਾਰੇ ਔਰ ਕੜੀਆਂ ਸਾਸਾਂ ਤੱਕ ਨੋਬਤ ਪਹੁੰਚੀ ਤਿੰਨ ਦਿਨ ਤਾਂ ਸਥਰੀ ਲਥੀ ਪਈ ਰਹੀ ਪਰ ਕੁਦਰਤ ਬਿਆਨਤ ਹੈ ਸ਼ਰੀਰ ਨਾ ਬਿਨ ਸਿਆ ਤੇ ਉਹ ਵੱਲ ਹੋ ਗਈ ਅਤੀ ਦੀ ਸ਼ਹਾਦਤ ਨੇ ਰਾਜ ਸਿੰਘਾਸਨ ਵੀ ਸਖਣਾ ਕਰ ਦਿੱਤਾ ਸੀ ਸਿੰਘਾਸਨ ਰਾਜ ਰਾਣੀ ਦੇ ਪਿਤਾ ਦਾ ਸੀ ਰਾਣਾ ਸੂਰਜ ਸਿੰਘ ਜੁਆਈ ਸੀ ਜੁਆਈ ਨੂੰ ਵੱਡੇ ਰਾਣੇ ਨੇ ਰਾਜ ਆਪਣੇ ਹੱਥੀ ਦਿੱਤਾ ਸੀ ਕਿਉਂਕਿ ਪੁੱਤਰ ਰਸੀ ਨਹੀਂ ਸ਼ਰੀਕਾ ਸਾਰਾ ਨਿਰਵੈ ਸੀ ਤੇ ਇਹ ਜੁਆਈ ਆਪਣੇ ਸੱਚੇ ਸਤਸੰਗੀ ਦਾ ਸੁਪੁੱਤਰ ਸੀ ਜਿਸ ਨਾਲ ਦਿੱਲੀ ਸਨੇਹ ਤੇ ਸਤਕਾਰ ਭਾਵ ਡੂੰਗਾ ਸੀ ਜੁਆਈ ਨਾਲ ਸਨੇਹ ਪੁੱਤਰਾਂ ਤੋਂ ਅਧਿਕ ਸੀ ਸੁੱਤੀ ਦੇ ਕੇ ਰਾਜ ਵੀ ਦਿੱਤਾ ਭਾਵੇਂ ਛੋਟੇ-ਛੋਟੇ ਰਾਣੇ ਤੇ ਰਾਜੇ ਆਂਢੀ ਗੁਆਂਢੀ ਸੜਦੇ ਸਨ ਪਰ ਬਾਬੇ ਬੰਦੇ ਦਾ ਹੋ ਚੁੱਕਾ ਪਹਾੜੀ ਦੋਰਾ ਤੇ ਹੁਣ ਸਿੱਖਾਂ ਦੇ ਮੈਦਾਨੀ ਜੰਗਾਂ ਤੇ ਕਾਮਯਾਬੀਆਂ ਨੇ ਸਹਿਮ ਬਿਠਾਇਆ ਹੋਇਆ ਸੀ ਕਿ ਸਿੱਖਾਂ ਦਾ ਟਾਕਰਾ ਕਠਿਨ ਹੈ ਇਸ ਕਰਕੇ ਵੱਡੇ ਰਾਣੇ ਦੇ ਮਗਰੋਂ ਸੂਰਤ ਸਿੰਘ ਦੇ Rajput ਨਾ ਹੋਣ ਤੇ ਵੀ ਅਰਜਵਾਈ ਹੋ ਕੇ ਰਾਜ ਪ੍ਰਾਪਤ ਕਰਨ ਪਰ ਵੀ ਕਿਸੇ ਨੇ ਝਗੜਾ ਨਾ ਕੀਤਾ ਵਧਿਕ ਹਕਦਾਰ ਕੋਈ ਹੋਰ ਸੀ ਹੀ ਨਹੀਂ ਜੋ ਸੂਰਤ ਸਿੰਘ ਜੈਸੇ ਸਿੱਖ ਨੂੰ ਰਾਣਾ ਪਰਮਾਨਾ ਕਰ ਦੇ ਹੁਣ ਰਾਣੇ ਦੇ ਚਲਾਣੇ ਨੇ ਰਾਜ ਗੱਦੀ ਵੀ ਸੁੰਜੀ ਕੀਤੀ ਸਿਵਾ ਇਸ ਵਿਧਵਾ ਵੇ ਛੋੜੇ ਮਾਰੀ ਦੇ ਕੋਈ ਹਕਦਾਰ ਨਹੀਂ ਸੀ ਸੋ ਬਿਰਹੋਂ ਕੁੱਠੀ ਨੂੰ ਰਾਜ ਕਾਜ ਦਾ ਜੰਗਾਲ ਵੀ ਗੱਲੇ ਪਿਆ ਤਦ ਵੀ ਵਿਛੋੜੇ ਦੇ ਵਹਿਣਾ ਨੇ ਕੁਝ ਪਰਵਾਹ ਨਾ ਕੀਤੀ ਰਾਣੀ ਨੇ ਪਤੀ ਦੇ ਦਾਹ ਹੋਏ ਸ਼ਰੀਰ ਦੀ ਵਿਪੂਤ ਮੰਗਵਾ ਕੇ ਇੱਕ ਨਿੱਕੀ ਜਿਹੀ ਪਹਾੜੀ ਉੱਤੇ ਛੋਟੀ ਜਿਹੀ ਨਦੀ ਜਲ ਦੇ ਪਰਵਾਦੇ ਕਿਨਾਰੇ ਸੁੰਦਰ ਚਿੱਟੇ ਪੱਥਰ ਨਾਲ ਸਮਾਦ ਬਣਵਾਈ ਮਾਤਾ ਆਦੀ ਰੋਗਦੇ ਰਹੇ ਪਰ ਇੱਕ ਨਾ ਮੰਨੀ ਫਿਰ ਆਗਰੇ ਤੋਂ ਚਤੇਰੇ ਅਰ ਪੱਥਰ ਘਾੜੇ ਮੰਗਵਾ ਕੇ ਰਾਣੇ ਦੇ ਕੱਦ ਦਾ ਇੱਕ ਚਿੱਟਾ ਬੁੱਤ ਬਣਵਾਇਆ ਤੇ ਇੱਕ ਸੁੰਦਰ ਮੰਦਰ ਬਣਾ ਕੇ ਉੱਥੇ ਖੜਾ ਕੀਤਾ ਇਸ ਪ੍ਰਕਾਰ ਦੇ ਕਰਤਬ ਆਪਣੇ ਅਟੁੱਟ ਪ੍ਰੇਮ ਦੇ ਅਧੀਨ ਹੋ ਕੇ ਕਰਦੀ ਔਰ ਕਿਸੇ ਵੇਲੇ ਵਹਿਣ ਵਿੱਚੋਂ ਨਾ ਨਿਕਲਦੀ ਰਾਜ ਦਾ ਕਮ ਮਾਤਾ ਦੀ ਅਕਲ ਨੂੰ ਅਹਲਕਾਰਾਂ ਦੇ ਧਰਮ ਨੂੰ ਤੇ ਕਿਸੇ ਡਰ ਨੂੰ ਕਿ ਸਿੱਖ ਬਲੀ ਹਨ ਨਿਭਦਾ ਗਿਆ अनेकों ਪਾਵ ਸੁਧਾਰ ਦੇ ਹੋਏ ਪਰ નિਸ਼ਵਲ ਗਏ ਅੰਤ ਰਾਣੀ ਸਤਸੰਗ ਨੂੰ ਪ੍ਰਾਪਤ ਹੋ ਕੇ ਪ੍ਰੇਮ ਜੋਗ ਨੂੰ ਪਹੁੰਚੀ ਤਦ ਸੰਪੂਰਨ ਤੇ ਸਵਛ ਸਗਿਆਤ ਪ੍ਰੇਮ ਤੋਂ ਜਾਣੂ ਹੋ ਕੇ ਧਰਮ ਦੇ ਨਿਬਾਨ ਨੂੰ ਪ੍ਰੇਮ ਦਾ ਹਿੱਸਾ ਜਾਣਨ ਲੱਗੀ ਔਰ ਨਾਲ ਹੀ ਪਰਮ ਪਦ ਨੂੰ ਪ੍ਰਾਪਤ ਹੋਈ ਤੇ ਪਤੀ ਦੀ ਇੱਛਾ ਵੀ ਪੂਰਨ ਹੋਈ ਇਸ ਦਾ ਪਤੀ ਪਿਆਰ ਉਸ ਪ੍ਰੇਮ ਵਿੱਚ ਪਹੁੰਚ ਗਿਆ ਜਿਸ ਪ੍ਰੇਮ ਨੂੰ ਵਾਹਿਗੁਰੂ ਦਾ ਸਰੂਪ ਲਖਣ ਕਹਿੰਦੇ ਹਨ ਪਤੀ ਦੇ ਚਲਾਣੇ ਮਗਰ ਤੋਂ ਲੈ ਕੇ ਸਤਸੰਗ ਦੀ ਪ੍ਰਾਪਤੀ ਤੱਕ ਦੀਆਂ ਦਰਦਨਾਕ ਘਟਨਾਵਾਂ ਔਰ ਰਾਣੀ ਦੇ ਤੀਬਰ ਵਿਰਲਾਪ ਦੇ ਸਮਾਚਾਰ ਇਸ ਪੁਸਤਕ ਵਿੱਚ ਦਰਜ ਹਨ ਹਾਂਜੀ ਪਤੀ ਦੇ ਚਲਾਣੇ ਮਗਰ ਤੋਂ ਲੈ ਕੇ ਸਤਸੰਗ ਦੀ ਪ੍ਰਾਪਤ ਤੱਕ ਦੀਆਂ ਦਰਦ ਨਾ ਘਟਨਾ ਅਰ ਰਾਣੀ ਦੇ ਤੀਬਰ ਵਿਰਲਾਪ ਦੇ ਸਮਾਚਾਰ ਇਸ ਪੁਸਤਕ ਵਿੱਚ ਦਰਜ ਹਨ ਇਸ ਪੁਸਤਕ ਦੀ ਸਾਰੀ ਰਚਨਾ ਸਿਰਖੰਡੀ ਛੰਦ ਵਿੱਚ ਹੈ ਜੋ 20 ਮਾਤਰਾ ਦਾ ਹੈ ਪ੍ਰਥਮ ਵਿਰਾਮ 11 ਮਾਤਰਾ ਪਰ ਤਾਲ ਅੰਤਮ ਹੈ ਅੰਤਮ ਵਿਰਾਮ 9 ਮਾਤਰਾ ਪਰ ਦੀਰਗਾੰਤ ਹੈ ਅੰਤ ਤੋਂ ਪਹਿਲਾ ਹਰਸਵ ਹੈ ਇਸ ਤੋਂ ਪਹਿਲਾਂ ਵੀ ਧੀਰਗ ਹੈ ਦੋ ਹਰਸਉ ਸਿਰਖੰਡੀ ਛੰਦਾਂ ਵਿੱਚ ਤੁਕਾਂਤ ਮਿਲਾਉਣ ਦੀ ਆਵश्यकਤਾ ਨਹੀਂ ਹੁੰਦੀ ਤਾਤਪਰਜ ਨੂੰ ਸਫੁਟੇ ਛੇਵੇਂ ਕਰਦੇ ਹਨ ਜਿਨ੍ਹਾਂ ਦਾ ਧਿਆਨ ਨਾ ਕਰਨੇ ਤੇ ਸਾਫ ਅਰਥ ਸਮਝ ਨਹੀਂ ਪੈਂਦੇ ਫਿਰ ਦੋ ਰਾਦਈ ਸਿਰਖੰਡੀ ਛੰਦਾਂ ਵਿੱਚ ਤੁਕਾਂਤ ਮਿਲਾਉਣ ਦੀ ਆਵश्यकਤਾ ਨਹੀਂ ਹੁੰਦੀ ਤਾਤਪਰਜ ਨੂੰ ਸਫੁਟੇ ਛੇਵੇਂ ਕਰਦੇ ਹਨ ਜਿਨ੍ਹਾਂ ਦਾ ਧਿਆਨ ਨਾ ਕਰਨੇ ਤੇ ਸਾਫ ਅਰਥ ਸਮਝ ਨਹੀਂ ਪੈਂਦੇ ਸanskrit ਵਿੱਚ ਤਾਂ ਛੰਦ ਤੋ ਕਾਂਤ ਨਾ ਮਿਲਵੇ ਹੀ ਅਕਸਰ ਹੁੰਦੇ ਹਨ ਬ੍ਰਿਜ ਭਾਸ਼ਾ ਵਿੱਚ ਐਸੇ ਛੰਦ ਘਟ ਵਰਤੇ ਜਾਂਦੇ ਹਨ ਚੰਡੀ ਦੀ ਬਾਣ ਵਿੱਚ ਸਿਰਖੰਡੀ 21 ਮਾਤਰਾ ਵਾਲੇ ਦੀਆਂ ਪੌੜੀਆਂ ਹਨ 22 23 ਤੇ 30 ਮਾਤਰਾ ਦੇ ਵੀ ਸਿਰਖੰਡੀ ਛੰਦ ਵਰਤੇ ਗਏ ਹਨ ਆਧ શ્રી ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕਿਤੇ ਕਿਤੇ ਐਸੇ ਛੰਦ ਵਰਤੇ ਗਏ ਹਨ ਲਾਤੀਨੀ ਯੂਨਾਨੀ ਅੰਗਰੇਜ਼ੀ ਦੇ ਅਨੇਕ ਪੁਸਤਕ ਬਲੈਂਕ ਕਵਰਸ ਸਿਰਖੰਡੀ ਛੰਦ ਵਿੱਚ ਲਿਖੇ ਪਏ ਹਨ ਕਰਤਾ ਏਕ ਓਂਕਾਰ ਮੰਗਲਾ ਚਰਨ ਜੈ ਹੋ ਜੈ ਹੋ ਜਤਰ ਤਤਰ ਬਿਰਾਜਹੀ ਔਤੂਤ ਰੂਪ ਰਸਾਲ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਣਾ ਸੂਰਤ ਸਿੰਘ ਪਹਿਲਾ ਹੈ ਸਮਾਦ ਪੱਦਰ ਇੱਕ ਮદાન ਪਰਬਤ ਘੇਰਿਆ ਛੋਟਾ ਪਰ ਰਮਣੀਕ ਸੁਥਰਾ ਸੋਹਣ ਵਿਚ ਹਿਮਾਚਲ ਧਾਰ ਜੋਤੋਂ ਵਿਥ ਤੇ ਲਹਿਲੇ ਸਬਜ਼ੀ ਨਾਲ ਸਾਰਾ ਕਰ ਰਿਆ ਭਾਂ ਪਾਂ ਦੇ ਬ੍ਰਿਚ ਬੂਟੇ ਬੂਟੀਆਂ ਉਗੇ ਥਾਂ ਥਾਂ ਲਹਿਰੇ ਲਹਿ ਰਹੇ ਨਦੀ ਪਹਾੜੀ ਸਾਫ ਪਾਣੀ ਸੀਤ ਦੀ ਵਗਦੀ ਪੱਦਰ ਇਸ ਉਤੋਂ ਉੱਤਰ ਕੇ ਇਸ ਦੇ ਵਿੱਚੋਂ ਲੰਘ ਡਿਗਦੀ ਹੀਠ ਨੂੰ ਨਰਮ ਨਰਮ ਏਸ਼ੋਰ ਕਰਦੀ ਜਾਉਂਦੀ ਸੁੰਦਰ ਇੱਕ ਸਮਾਦ ਕੰਡੇ ਇਸ ਦੇ ਉਸਰੀ ਖੜੀ ਸੁਢਾਲ ਚੂਨੇ ਗੱਚ ਹੈ ਗੁੰਬਦ ਫਾੜੀਦਾਰ ਲਾਂਬੇ ਕਲਸੀਆਂ ਕਲ ਸੁਨਹਿਰੀ ਨਾਲ ਖੜਾ ਵਿਚਾਲੜੇ ਚਿੱਟਾ ਮਰਮਰ ਸੰਖ ਅੰਦਰ ਲੱਗਿਆ ਅਬਰੀਦਾਰ ਸੰਜਾਫ ਲੱਗੀ ਨਾਲ ਹੈ ਅੰਡਾਕਾਰ ਸਮਾਦ ਗੁੰਬਦ ਹੇਠ ਹੈ ਕੌਰੀ ਗਰੀ ਅਜੀਬ ਬਣੀ ਜੋ ਨਾਲ ਹੈ ਉਪਰ ਇਹ ਸਮਾਦ ਫੁੱਲ ਸੁਹਾਵਣੇ ਪਿਆਰੇ ਹੱਥਾਂ ਨਾਲ ਚੁਣ-ਚੁਣ ਹੰਤਰੇ ਤਾਰੇ ਸੁਪੇ ਅਡੋਲ ਮਾਨੋ ਬੋਲ ਦੇ ਟੁੱਟੇ ਦੁਨੀਆ ਸੰਗ ਇਥੇ ਆ ਟਿਕੇ ਨਾ ਹੁਣ ਤੋਪ ਨਾ ਪਾਉਣ ਸਾਨੂੰ ਛੇੜਦਾ ਗਏ ਬਖੇੜੇ ਛੱਡ ਸੁਖੀਏ ਹੋ ਗਏ ਸਭ ਤੋਂ ਹੋਏ ਅੜ ਰਹੇ ਬਿਰਾਜ ਹਾਂ ਸੋਭਾ ਕਰੇ ਨ ਕੋਏ ਨਿੰਦਾ ਕੋ ਨਹੀਂ ਦੇਖ ਨ ਸੜਦਾ ਕੋਏ ਮੁੱਕੀ ਈਰਖਾ ਹਰਖ ਨਾ ਸੋਗ ਵਿਜੋਗ ਝਗੜੇ ਹੈ ਨਹੀਂ ਰੰਗ ਗਏ ਰਸ ਨਾਲ ਇਕ ਰਸ ਹੋ ਰਹੇ ਕੇਹੀ ਮੋਜ ਬਹਾਰ ਇਸ ਉਜਾੜਦੀ ਉਪਰਵਾਰ ਸਮਾਦ ਅਖਰ ਸੋਹਣੇ ਸੰਗ ਸਿਤਾਰੇ ਨਾਲ ਜੜੇ ਉਕੇਰ ਕੇ ਜਿਸ ਦੀ ਇਹ ਸਮਾਦ ਉਸ ਦਾ ਨਾਮ ਹੈ ਜਨਮ ਮਰਨ ਦੀ ਤਿੱਥ ਉਕਰੀ ਨਾਲ ਹੈ ਮੂਲ ਮੰਤਰ ਦਾ ਵਾਕ ਸਿਰ ਤੇ ਅੰਕਿਆ ਸੁੰਦਰ ਨਾਲ ਸ਼ਲੋਕ ਇਹ ਵੀ ਚਮਕਦੇ ਮੂਹ ਆ ਜੀਵਨ ਦਾ ਆਪੇਖ ਜੀਵਨ ਦੇ ਮਰ ਜਾਣ ਜਿਨ੍ਹਾਂ ਮੁਹੱਬਤ ਇਕ ਸਿਉ ਤੇ ਮਾਨਸਪਰਦਾਨ ਵਿਛੋੜਾ ਸੁਣੇ ਦੁੱਖ ਮਹਿਣ ਡਿੱਠੇ ਮਰੀਓ ਬਾਜ ਪਿਆਰੇ ਆਪਣੇ ਬਿਰਹੀਨਾ ਤੀਰੂੰਦ ਤੁਕਾਂ ਅਜਾਇਬ ਏ ਚਮਕਣ ਚੰਗੀਆਂ ਥੜੀਏ ਜੇ ਇਕ ਵਾਰ ਰੋਣ ਨ ਠਲੀ ਪਹਿਲੀ ਪ੍ਰਾਣੀ ਹਾਲ ਮੂਹ ਕਹਿ ਰਹੀ ਦੂਜੇ ਕਹੇ ਹਵਾਲ ਪ੍ਰੇਮੀ ਉਸ ਦਾ ਜੋ ਉਸ ਦੇ ਹੈ ਪ੍ਰੇਮ ਦਿਲ ਥੀ ਵਿਨੇ ਸਮ ਅਡੋਲ ਪਰ ਬਾਤ ਸ਼ਾਂਤੀ ਵਾਲੜੀ ਛਾਇਆ ਨਾਲ ਸੁਹਾਉ ਚੁੱਪ ਇਕਾਂਤ ਦਾ ਪੰਛੀ ਗਾਉਂਣ ਰਾਗ ਲਾਪ ਸੁਹਾਵਣੇ ਰਹੀ ਉਦਾਸੀ ਛਾਏ ਵਿੱਚ ਇਕਾਂਤ ਦੇ ਤੁਰਦੀ ਆਵੇ ਨਾਰ ਦੂਰੋਂ ਇੱਕ ਹੈ ਗੰਦਲ ਕੁਆਰੀ ਵਾਂਗ ਪਤਲੀ ਢੀਲ ਦੀ ਜੋ ਬੁੰਦਾ ਚੜਹਾਓ ਉਮਰ ਜਵਾਨ ਹੈ ਚਿਹਰਾ ਚੰਦੋ ਵਦ ਮੁਹਰਾ ਸੋਹਣ ਇੱਕੋ ਸਾਰ ਨੂੰ ਹਾਰ ਫਬਨਾ ਵਾਲੜੀ ਪਰ ਚਿਹਰੇ ਦਾ ਰੰਗ ਪੀਲਾ ਭੂਕ ਹੈ ਉਹ ਗੁਲਾਬੀ ਬਾ ਉਮਰੇ ਇਸ ਜੋ ਚਿਹਰੇ ਤੇ ਚਮਕਾਰ ਦੇਂਦੀ ਸੋਹਣਾ ਨਜ਼ਰ ਨਾ ਆਵੇ ਮੂਲ ਉੱਡੀ ਹੈ ਕਿਤੇ ਜਾਂ ਚਿੰਤਾ ਆਤ ਆਏ ਖਾਦੀ ਹੈ ਗਈ ਅੱਖਾਂ ਸੁੰਦਰ ਅਤ ਪਰ ਗਮ ਘੇਰੀਆਂ ਰੋ ਰੋ ਹੋਈਆਂ ਸਾਫ ਥੱਲੇ ਲਥੀਆਂ ਦੇਖੋ ਠੰਡੇ ਸਾਹਾ ਪਰਦੇ ਆਉਂਦੀ ਸ਼ੋਕ ਵਿੱਚ ਗਲਤਾਨ ਸੁਰਤ ਨਾ ਹੋ ਰਹਿ ਪਹੁੰਚੀ ਪਾਸ ਸਮਾਦ ਠਹਿਰੀ ਤਰਭ ਕੇ ਵਗਦੇ ਜੰਦਾ ਸ਼ੋਰ ਕੰਨੀ ਆ ਪਿਆ ਪਰਤ ਨਦੀ ਦੀ ਵੱਲ ਦੋਇ ਹੱਥ ਜੋੜਦੀ ਹੰਝੂ ਪਰਕੇ ਨੈਣ ਕਰਦੀ ਬੇਨਤੀ 헤 ਵੀ ਰਾ ਦਰਿਆ ਰੋਲਾ ਪਾ ਨਹੀਂ ਹੌਲੀ ਹੌਲੀ ਦੌੜ ਖੜਕ ਨਾ ਹੋ ਜਵੇ ਤੇਰਾ ਮਤ ਖੜਕਾਰ ਪਹੁੰਚੇ ਅੰਦਰੀ ਨੀਂਦਰ ਹੋਏ ਉਚਾਰਟ ਪਿਆਰੇ ਸੰਧੜੀ ਸੁਤਾ ਲੰਮੀ ਤਾਣ ਪਾਸਾ ਨਾ ਲਏ ਬਹੁਤ ਥਕੇਵੇਂ ਝਲ ਲੀਤਾ ਚੈਨ ਸੁ ਗੂੜੀ ਛਾਏ ਨੀਂਦ ਤੂੰ ਉਟਕਾਇਨ ਕਰਨੇ ਦੇ ਸੁ ਨੀਂਦ ਨੀਂਦ ਸੁ ਲਖਣੀ ਰੋਲਾ ਵੀਰ ਨਾ ਪਾ ਸਦਕੇ ਮੈਂ ਗਈ ਰੂਮ ਕੇ ਰੂਮ ਕੇ ਜਾਓ ਸਹਜੇ ਤਿਲਕ ਦਾ ਇਹ ਕਹਿਰੇ ਦਾ ਕੜਕ ਟੋਟੇ ਹੋ ਗਿਆ ਅਥਰੂ ਮਾਰ ਉਛਾਲ ਅੱਖੀ ਆ ਚੜੇ ਵਹੇ ਬਨ ਪਰਵਾਛੇ ਬਰਲਾਉਂਦੇ ਸਿਰ ਕੋਮਿਆਂ ਤੇ ਘੇਰ ਖਾ ਕੇ ਡਿ ਗਿਆ ਡਿੱਗੀ ਨਾਲ ਚਫਾਲ ਦੇਹੀ ਨਾਰ ਦੀ ਲੈਂਦੀ ਲੰਮੇ ਸਵਾਸ ਮਾਰੀ ਸ਼ੋਕ ਦੀ ਕੁਚਿਰ ਪਈ ਨਡਾਲ ਉਥੇ ਸੀ ਰਹੀ ਸੁਰਤੀ ਨੇ ਪਰਤਾਏ ਫਿਰ ਉਠਾ ਲਿਆ ਸੰਭਲ ਕੇ ਹੁਣ ਨਾਲ ਝੋਲੀ ਆ ਆਪਣੀ ਪੌਂਚੀ ਕੋਲ ਸਮਾਦ ਝੁਕਦੀ ਨੀਉਂਦੀ ਤਰਲੇ ਲੈੰਦੇ ਵਾਂਗ ਸਿਕ ਸਿਕ ਵੇਖਦੀ ਫਿਰ ਦੋਵੇਂ ਕਰ ਜੋੜ ਰੋ ਰੋ ਆਖਦੀ ਵਾ ਪਿਆਰੇ ਸਿਰਤਾਜ ਆਪਣੀ ਨਾਰ ਨੂੰ ਚਿੰਤਾ ਖੂਏ ਪਾਏ ਕੀ ਤੋ ਬਾਉਲੀ ਨਦੀਆਂ ਨੂੰ ਹੱਥ ਜੋੜ ਹਾਵੇ ਕਰ ਰਹੀ ਤੈਨੂੰ ਸੁੱਤਾ ਜਾਣ ਚਾਹੇ ਜਗਾਣ ਨ ਮੂਰਖ ਜਾਣੇ ਨਾਹੀਂ ਤੂੰ ਹੈ ਜਾਗਦਾ ਜਾਗ ਰਿਆ ਸਚਖੰਡ ਸੁਤਾ ਜਾਬਦਾ ਐਥੇ ਸੁਤਾ ਜਾਣ ਕਰੇ ਬੇਅਦਬੀ ਬਖਸ਼ੀ ਕੰਤ ਕਿਰਪਾਲ ਭੁੱਲਾ ਮੇਰੀਆਂ ਹਾਂ ਹਾਂ ਕੰਤ ਸੁਜਾਨ ਸੁਕੇ ਸਾਰੜੇ ਕਲ ਚੜਾਏ ਸੀਗ ਜਿਹੜੇ ਫੁੱਲ ਮੇ ਹੱਥ ਨਾ ਤੁਸਾਂ ਹਿਲਾਏ ਸੁਟੇ ਕਰ ਪਰੇ ਵਾਸਾਈਂ ਕਿਰਪਾਲ ਸਿਰ ਦੇ ਮਾਲਕਾ ਸੇਵਾ ਦਾਸੀ ਜੋਗ ਰਖੀ ਆਪਨੇ ਬਹਿ ਫਿਰ ਸਮੇਟ ਸੇਰੇ ਛੱਡ ਕੇ ਦਿੱਤੇ ਨਵੇਂ ਚੜਾਏ ਕੱਡੇ ਝੋਲੀਓ ਬੀਨ-ਬੀਨ ਸਹਿਲਾਏ ਇਕੁਰ ਲਾਉਂ ਦੀ ਜੋਹਰੀ ਜੀ ਕੋਰ ਹਟ ਲਾਲਾ ਲਾਉਂਦਾ ਖੁੱਲੇ ਫੁੱਲਾਂ ਨਾਲ ਹੈ ਫਿਰ ਚਿੱਤਰ ਦੀ ਵਾਂਗ ਚਿਤੇਰੇ ਆਪ ਸਿਲ ਦੇ ਉਪਰੇ ਅੱਖਰ ਬਣਦੇ ਜਾਣ ਸੁੰਦਰ ਸੋਹਣੇ ਨਾਲੇ ਡਿੱਗਦੇ ਹੰਜ ਗੜਿਆਂ ਜੇੜੜੇ ਉੜਦੀ ਹੋ ਸ਼ਵਾਉ ਹੋਈ ਜਾਂਦੀ ਚੱਕਰ ਕੂਗੀ ਵਾਂਗ ਉਪਰ ਆਉਂਦੀ ਮਨੋ ਏ ਕੁਰਬਾਨ ਸਦਕੇ ਹੋ ਰਹੀ ਅੱਖਾਂ ਬੱਦੀ ਟਕ ਚਮਕੜ ਭੋਲੇ ਆ ਬੁੱਲਾਂ ਪਾਈ ਬਜਕ ਮੀਟਣ ਵਿਸਰੇਆ ਬਦਨ ਅਡੋਲ ਅਹਲ ਮੂਰਤ ਵਾਂਗਰੇ ਪਰ ਕਰਦੇ ਹਨਕਾਰ ਹੱਦ ਸੁਹਾਵੇਂ ਅੱਖਰ ਫੁੱਲਾਂ ਨਾਲ ਜੋੜਾ ਬਣਾ ਲਏ ਪੜੋ ਤਾਂ ਇਹ ਗੁਰਵਾਕ ਲਿਖਿਆ ਹੈ ਗਿਆ ਜਿਸ ਪਿਆਰੇ ਸਿਉਨੇ ਹੂੰ ਤਿਸ ਆਗੇ ਮਰ ਚੱਲੀ ਹੈ ਤ੍ਰੇਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ ਲਿਖ ਕੇ ਸ਼ੁੱਧ ਸਲੋਕ ਮੱਥਾ ਟੇਕ ਦੀ ਚੁੰਮਦੀ ਸਿਲ ਨੂੰ ਫੇਰ ਸਦਕੇ ਹੋਂ ਦੀ ਫੁੱਟਾ ਕੜਨੋਂ ਪਾੜ ਸੋਮਾ ਪ੍ਰੇਮ ਦਾ ਬੇਬਲ ਹੋਈ ਅਤ ਲੰਗੀ ਹੋਸ਼ ਤੋਂ ਦਿਲ ਟੁੱਟਾ ਤੇ ਆਸ ਟੁੱਟੀ ਨਾਲ ਹੀ ਲਟਕ ਰਹੀ ਸੀ ਜੋਏ ਟੁੱਟੀ ਵੀਣ ਜਿਉ ਕਦੀ ਨਾ ਮਿਲਸੀ ਹਾਏ ਸਾਈ ਪਿਆਰਣਾ ਉਹ ਆ ਸਦਾ ਵਿਜੋਗ ਮੇਰੇ ਨਾਲ ਹੈ ਮੈਂ ਕੱਲੀ ਪਤਹੀਨ ਮੈਂ ਪਤਹੀਨ ਹਾਂ ਸਤਾਣਾ ਸੋਚ ਸਹਾਰ ਭਿਆਨਕ ਐਸੜੀ ਹਾ ਹਾ ਮੇਰੇ ਲੇਖ ਏਕੀ ਵਰਤਿਆ ਵਰਤਿਆ ਕਹਿਰ ਕਹਾਰ ਹੋਈ ਬੋਟ ਹਾਂ ਐਦਾਂ ਸੋਚਾਂ ਸੋਚ ਸੋਚੀ ਡੁੱਬਦੀ ਲਈ ਨਿਰਾਸ਼ਾ ਨਪ ਟੁੱਟੇ ਆਸ ਤੋਂ ਪੁਤਲੀ ਜਿਉ ਹੋ ਦੰਦ ਉਕਰ ਹੋ ਗਈ ਠੰਡੀ ਚਿਟਚਟਾ ਸੁਰਤੋਂ ਸਖਣੀ ਬਰਫ ਸਿਲਾंदे ਵਾਂਗ ਲਥੀ ਸਤਰੇ ਇਕ ਰੁਪਿਆ ਬੇਹੋਸ਼ ਘੜੀਆਂ ਬੀਤੀਆਂ ਇਕ ਆਈ ਮੁਟਿਆਰ ਇਸ ਨੂੰ ਟੋਲਦੀ ਦੇਖ ਪਈ ਬੇਹੋਸ਼ ਕੰਬੀ ਤਰਹਿ ਕੇ ਕਹਿੰਦੀ ਹਾ ਹਾ ਹਾਏ ਏ ਕੀ ਵਰਤਿਆ ਦੇਖਾਂ ਅੱਗੇ ਹੋਏ ਥਿੜਕੋ ਪੈਰ ਨ ਹਾ ਹਾ ਕੀ ਹੈ ਹਾਲ ਪਿਆਰੀ ਰਾਜ ਦਾ ਸੁੱਤੀ ਮੁਈ ਕੇ ਹੋਸ਼ ਨਸੀਏ ਇਸ ਤੋਂ ਹਾਏ ਪਿਆਰੀ ਰਾਜ ਪਹਿਰੀ ਆਪਨੇ ਆਪ ਕੋਹਾੜੇ ਮਾਰ ਮਰੀਓ ਨਿਤਹੀਂ ਮਹਿਣ ਦਿਨੇ ਤੇ ਰਾਤ ਤੈਨੂੰ ਪੈ ਰਿਆ ਹੱਡ ਦਾ ਕਿਸੇ ਨਾ ਟੰਗ ਰਹੇ ਢਾਉਂ ਦੇ ਇਉ ਕਹਿ ਅੱਗੇ ਹੋਏ ਟੋਟੋ ਵੇਖਦੀ ਪਿੰਡਾ ਠੰਡਾ ਠਾਰ ਬਰਫ਼ ਸੋਂ ਵਾਂਗਰਾ ਟੀਮੇ ਆਵਨ ਸਵਾਸ ਜਾਪਣ ਮੂਲ ਨ ਮਦਮ ਚਲਦੀ ਨਾੜ ਹੋਸ਼ ਨਾ ਹੈ ਰਤੀ ਦੌੜੀ ਦੇਖਣ ਸਾਰ ਪਾਸੇ ਨੀਰ ਦੇ ਲੀੜਾ ਪਿਉਂਜਲ ਨਾਲ ਲਿਆਈ ਤੁਰਤ ਹੀ ਉਸ ਪਾਣੀ ਦੇ ਨਾਲ ਛੱਟੇ ਮਾਰਦੀ ਫਿਰ ਬੁੱਲਾਂ ਨੂੰ ਖੋਲ ਪਿਆਰੀ ਦੇਖਦੀ ਦੰਦਾਂ ਦੇਖ ਹੈਰਾਨ ਹੋਈ ਵੇਖਦੀ ਕੋਈ ਨਜ਼ਰੀ ਆਏ ਨੌਕਰ ਮਹਿਲ ਦਾ ਦਿਸਿਆ ਨਹੀਂ ਕੋਈ ਤਦਹੇ ਟੋਲਦੀ ਖੀਸੇ ਆਪਣੇ ਵਿੱਚ ਕੋਈ ਚੀਜ਼ ਹੈ ਕੁੰਜੀ ਨਿਕਲੀ ਇੱਕ ਇਸ ਦੇ ਨਾਲ ਹੀ ਦੰਦਾਂ ਦੇ ਵਿੱਚ ਪਾਏ ਦੰਦਣ ਖੋਲਦੀ ਨਾਲੇ ਛੱਟੇ ਮਾਰ ਘੁੱਟਦੀ ਦਮ ਦੀ ਕਰਦਿਆਏ ਕੁਝ ਕਾਰ ਥੋੜੀ ਦੇਰ ਨੂੰ ਹੋਸ਼ ਪਰਤ ਗਈ ਫੇਰ ਅੱਖਾਂ ਖੁੱਲੀਆਂ ਸਥਲ ਹੋ ਗਈ ਦੇ ਇਸ ਦਰੇੜ ਥੀ ਸਕਦੀ ਉਠ ਨਾ ਬੈਠ ਬੋਲ ਨਾ ਹੰਗਦੀ ਸਖੀ ਸਰਾਣੇ ਬੈਠ ਗੋਦੀ ਆਪਣੀ ਸਿਰ ਨੂੰ ਰੱਖ ਕੇ ਫੇਰ ਹਾਦਸੇ ਰਫੇਰ ਦੀ ਲੈਂਦੀ ਆਪ ਬਲਾਏ ਵਾਰੀ ਜਾਉਂਦੀ ਕਹਿੰਦੀ ਮੈਂ ਕੁਰਬਾਨ ਸਦਕੇ ਰਾਣੀਏ ਟੁਕ ਟੁਕ ਟੁਕੜੇ ਹੋਏ ਜਾਉ ਚੋਖਨੀਆ ਪਿਆਰੀ ਕਰ ਸੰਤੋਖ ਧੀਰਜ ਤਾਰ ਲੈ ਭਾਵੀ ਸਦਾ ਅਮੇਟ ਮਿਡਦੀ ਨਾ ਕਦੇ ਤਲਦੀ ਨਹੀਂ ਟਲਾਏ ਕਰੋ ਬਥੇਰਣਾ ਤਾਂ ਤੇ ਸਿਰ ਨਿਉੜਾਏ ਇਸ ਨੂੰ ਚਲੀ ਜੇ ਵਹਿਣਾ ਦੀ ਧਾਰ ਜਾ ਕੇ ਕੁਦੀ ਪਈਏ ਨਹੀਂ ਪਾਰ ਥਾਉ ਨ ਲੱਭਦੀ ਵਹਿਣ ਬੜਾ ਦਰਿਆ ਘੁੰਮਣ ਘੇਰੀਆ ਇਸ ਵਿੱਚ ਹਨ ਅਸੰਗ ਥਾਉ ਵਿਥਾਈਆ ਕਪੜ ਇਸ ਵਿੱਚ ਢੇਰ ਛੱਲਾਂ ਡਾੜੀਆਂ ਮਾਰ ਕਰਨ ਅਹਿਆਣ ਬੋਹਰਾ ਕਰਦੀਆਂ ਜਾਂ ਲੈਂਦੀਆਂ ਡੋਬ ਥੱਲੇ ਆਪਣੇ ਸੋ ਪਿਆਰੀ ਕਰ ਹੋਸ਼ ਵਹਿਣ ਤਿਆਗ ਦੇ ਰਾਜ ਕਾਜ ਸੰਭਾਲ ਤਕੜੀ ਹੋਏ ਕ ਓੜ ਇੱਕ ਦਿਨ ਆਪ ਮਰਨਾ ਰਾਣੀ ਦੁਨੀਆ ਦਿੱਤੀ ਤਿਆਗ ਜਿਕੂ ਪਿਆਰਿਆ ਅਸਾਂ ਬੇਕਰਨਾ ਤਿਆਗ ਰਹਿਣਾ ਹੈ ਨਹੀਂ ਸਦਾ ਕਿਸੇ ਥਾਂ ਫਿਰ ਕਿਉਂ ਰੋਵੀਏ ਸੁਣ ਏ ਪਿਆਰੇ ਬਾਗ ਕੰਬੀ ਸੁਹਣੀ ਲੰਮੇ ਲੀਤੇ ਸਵਾਸ ਠੰਡੇ ਠਾਰਵੇ ਫਿਰ ਮੂੰਹੋਂ ਏ ਬਹਿਨ ਸਹਿਜੇ ਆਖਦੀ ਪ੍ਰੀਅ ਬਿਨ ਜੀਵਨ ਮੌਤ ਮੌਤੋਂ ਹੈ ਬੁਰਾ ਮੌਤ ਕਰੇ ਇੱਕ ਵਾਰ ਏ ਨਿਤ ਸਲ ਦਾ ਮੈਂ ਦੁਖਿਆ ਦੁਖਿਆਰ ਪਾਪਣ ਭਾਰੀਆਂ ਰਹੀ ਜੀਵ ਦੀ ਜਗ ਬੀ ਸਿਧਾਰੀ ਗਈ ਨਹੀਂ ਮੈਂ ਨਾਲ ਪਿਆਰੇ ਕੰਤ ਦੇ ਜਦੋਂ ਕੰਤ ਕਿਰਪਾਲ ਦੁਨੀਆਂ ਵਿੱਚ ਸੇ ਤਦੋਂ ਰਹੀ ਅੰਗੈਲ ਵਿੱਚ ਪੁਲੇਖੇ ਲੀਤੀ ਰਤੀ ਨਸਾਰ ਗੁਜੇ ਭੇਦ ਦੀ ਸੁੰਦਰ ਪੁਰਖ ਰਸਾਲ ਪਿਆਰਾ ਕੰਤ ਹੈ ਹੈ ਮੇਰਾ ਸਰਤਾਜ ਇਉ ਮੈਂ ਜਾਣ ਕੇ ਦੇਹੀ ਨਾਲ ਪਿਆਰ ਉਸ ਦੇ ਪਾ ਲਿਆ ਬੁਲਬੁਲ ਵਾਂਗ ਨਿਹਾਲ ਦੇਹੀ ਪ੍ਰੀਤ ਨੇ ਦੇਹੀ ਦਾਹੀ ਰਾਗ ਨਿਤ ala pia ਲੀਤੀ ਕਦੀ ਨ ਸਾਰ ਅਸਲੀ ਭੇਦ ਦੀ ਓਸੀ ਪੂਰਨ ਸੰਤ ਗੁਰਮੁਖ ਹੋਇਆ ਓਸੀ ਦਿਵ ਸਰੂਪ ਭਗਤੀ ਰਤਿਆ ਓਸੀ ਪੂਰਨ ਆਪ ਪੂਰਨ ਹੋਇਆ ਉਸ ਨੂੰ ਸਾਰੀ ਸਾਰ ਅੰਦਰ ਬਾਹਰ ਦੀ ਮੂਰਤ ਸ਼ੀਸ਼ੇ ਵਾਂਗ ਸਦਾ ਪ੍ਰਕਾਸ਼ ਦੀ ਮੈਂ ਨ ਲਖਿਆ ਹਾਏ ਅੰਦਰ ਉਸ ਦਾ ਦੇਹੀ ਨਾਲ ਪਿਆਰ ਪ੍ਰੇਮੀ ਵਾ ਕਰੇ ਰਹੀ ਨਿਖੁੱਟੀ ਨਿਤ ਭੁੱਲੀ ਮਾਣ ਦੀ ਹਾਂ ਮਾਇਆ ਨੇ ਘੇਰ ਅਸਲੋਂ ਵਾਂਝ ਕੇ ਰੱਖਿਆ ਸਦਾ ਅਚੇਤ ਆਤਮ ਭੇਦ ਆ ਤੁਮ ਜੀਵਨ ਖੇਡ ਖੁੱਲੀ ਨਾ ਕਦੇ ਪਰਸੀ ਪਤੀ ਸੁਝਾਨ ਬਖਸ਼ਾ ਵਾਲੜਾ ਮੇਰੇ ਨਾਲ ਸਨੇਹ ਕਰਦਾ ਐ ਕੋਰਾ ਭੇਦ ਖੁਲੇ ਜਿਸ ਨਾਲ ਸੱਚ ਪ੍ਰਕਾਸ਼ ਹੋ ਮੈਨਿ ਜਲਗਨੇ ਲੀਨ ਪਰਤੀ ਅਖਨ ਗਹਿਲੀ ਬੇਪਰਵਾਹ ਸਹਿਨਤ ਨਾ ਲਖੀ ਤੁਰੀ ਨਾ ਹੋ ਸਰਹ ਜਿਸਤੇ ਕੰਤ ਦੀ ਸੀਗੀ ਸਦਾ ਸਲਾਹਤ ਤੋਰਨ ਸੰਧੜੀ ਫਿਰ ਵੀ ਸਦਾ ਕਿਰਪਾਲ ਸਾਈਂ ਪਿਆਰਣੇ ਆਪਣੇ ਅਸਲ ਸਰੂਪ ਵਾਲਾ ਝਾਕੜਾ ਇੱਕ ਦਿਨ ਆਪ ਦਿਖਾਲ ਮੈਨੂੰ 모ਹਿਆ ਦੂਣਾ ਹੋਇਆ ਪ੍ਰੇਮ ਠਲਿਆ ਜਾਇਨਾ ਚੜਿਆ ਜਲ ਦੇ ਵਾਂਗ ਕੜ ਨੂੰ ਪਾੜ ਕੇ ਰਹਿਂਦੀ ਖੁੰਦੀ ਗਿਆਤ ਖਿੱਚੀ ਇਸਨੇ ਮੰਬਟ ਵਾਂਗ ਹਮੇਸ਼ ਦੁਆਲੇ ਉਸ ਦੇ ਲੱਗੀ ਕੁਮੇਟੇ ਖਾਣ ਖੇਡਾਂ ਆਪ ਤੇ ਉਸੇ ਬਹੁਤ ਕਿਰਪਾਲ ਅੱਖਾਂ ਬੰਦ ਮੈਂ ਖੋਲ ਦਿੱਤੀਆਂ ਆਪ ਕਟੇ ਛੋੜ ਸੇ ਦਿਸ ਪਿਆ ਤਤਸਾਫ ਅਸਲਾ ਕੰਤ ਦਾ ਉੱਚਾ ਆਤਮ ਰੂਪ ਗੁਰਮੁਖ ਦੇਵਤਾ ਡਿੱਗੀ ਮਸਤੀ ਖਾਏ ਪੋਰੇ ਵਾਂਗ ਮੈਂ ਕਸਤੂਰੇ ਮਿਰਗ ਵਾਂਗ ਮੱਤੀ ਹੋਏ ਕੇ ਢੈਠੀ ਤਰਾ ਚੁਫਾਲ ਭੁੱਲੀ ਉਠਣਾ ਸਿੱਖ ਪਿਆ ਦੀ ਹੋਰ ਦਿਲ ਨੂੰ ਵਾਪਰੀ ਹਰਦਮ ਲੋਟਨ ਹੋਏ ਰਹਿਂਦੀ ਲੋਟ ਦੀ ਇਕ ਪਲ ਡਿੱਠੇ ਬਾਜ ਬੇਕਲ ਹੋਉਂਦੀ ਉਸ ਜਿਆਨਾ ਕੋਏ ਪਹਿਲੇ ਸੀਗ ਵੀ ਸਿਰ ਮੇਰੇ ਦਾ ਤਾਜ ਵਾਲੀ ਜਿੰਦ ਦਾ ਸਭ ਤੋਂ ਸਦਾ ਵਧਿਕ ਵਸਦਾ ਹਿਰੇ ਪਰ ਹੁਣ ਤੁਕ ਵਧਿਕ ਪਤੀਓ ਜਾਪਦਾ ਜਾਪੇ ਹੋਰ ਵਧਿਕ ਆਰਾ ਪਾਰਨ ਮੇਰੀ ਮੈਂ ਦੀ ਜਿੰਦ ਜਿੰਦ ਦੀ ਜਿੰਦ ਉਹ ਉਹ ਦੇਸੇ ਇਕ ਆ ਮੈਂ ਨਾਸੀ ਰਹੀ ਮੈਂ ਹੋਈ ਸਾ ਗਮ ਚਰਨਾ ਦੇ ਵਿਖੇ ਹਾਏ ਸ਼ੋਕ ਹਾ ਸ਼ੋਕ ਅੱਖ ਚਮਕਣੀ ਇਸ ਮੋਜ ਵਿਚਾਰ ਮੈਨੂੰ ਨਾ ਮਿਲੀ ਆਪ ਗਏ ਪਰਲੋਕ ਪਿੱਛੇ ਮੈਂ ਰਹੀ ਆਪ ਸਦਾ ਇੱਕ ਰੰਗ ਤੁਰ ਗਏ ਜੀਵ ਦੇ ਆਪ ਨਾ ਹੋਏ ਮੂਲ ਸਦ ਹੀ ਜੀਵ ਦੇ ਰਹਿੰਦੇ ਸਦਾ ਆਨੰਦ ਜਿੱਥੇ ਹਨ ਗਏ ਇਥੋਂ ਬਹੁਤ ਵਧੀਕ ਖੁਸ਼ੀਆਂ ਮਾਣਦੇ ਖੁਸ਼ੀ ਪਤੀ ਦੇ ਨਾਲ ਮੈਨੂੰ ਹੈ ਖੁਸ਼ੀ ਮੈਂ ਨਾ ਕਰਦੀ ਰੰਜ ਇਸ ਵਿੱਚ ਰੀਣ ਵੀ ਬਿਰਹੋਂ ਲਾਗੂ ਆਣ ਮੈਨੂੰ ਘੇਰਿਆ ਕੀਤਾ ਪਕੜ ਕਬਾਬ ਸੀਨਾ ਭੁੰਨਿਆ ਮੱਛੀ ਜਿੱਕੋ ਰੇਤ ਬਿਰੋਂ ਲੁਚਾਉਂਦਾ ਚੜਿਆ ਜ਼ਾਲਮ ਨਿਤ ਸਿਰ ਨੂੰ ਹੀ ਰਹੇ ਲੋਚਾਂ ਦਿਨ ਤੇ ਰਾਤ ਪਿਆਰੇ ਮੇਲ ਨੂੰ ਦੇਹੋ ਦਰਸ ਇੱਕ ਵਾਰ ਦਿਲ ਦੇ ਵਾਲੀਆ ਮੈਂ ਹਾਂ ਅਗੁਣਹਾਰ ਤੇਰੇ ਜੋਗਨਾ ਤੂੰ ਆਤਮ ਪ੍ਰਕਾਸ਼ ਮਿੱਟੀ ਅੰਧ ਮੇ ਤੂੰ ਸੈਂ ਟੁਕੜਾ ਨੂਰ ਦੇਹੀ ਜਾਣਿਆ ਤੂੰ ਸੈਂ ਪ੍ਰੇਮ ਪ੍ਰਕਾਸ਼ ਸੋਣਾ ਜਾਣ ਕੇ ਪਤੀ ਜਾਣ ਕੇ ਨਿਤ ਤੈਨੂੰ ਸੇਵਿਆ ਤੂੰ ਸੈਂ ਚਾਨਣ ਸਾਫ ਅੰਨੀ ਮਹਿ ਰਹੀ ਮੇਰੀ ਬੁੱਧ ਮਲੀਨ اٹਕੀ ਦੇਹ ਤੇ ਹਾਏ ਬਖਸ਼ ਤੂੰ ਆਪ ਤੇਰੀ ਆਖ ਤੇ ਇਉ ਕਹਿ ਰੋਈ ਫੇਰ ਹੰਝੂ ਆ ਚੜੇ ਨੈਣ ਵਹਿਣ ਦਰਿਆਓ ਮਾਨੋ ਕਾਂਗਸੀ ਸਖੀ ਪੁੰਚਦੀ ਜਾਏ ਬਸ ਨਾ ਹੋਉਂਦੀ ਭਿਜ ਗਏ ਰੁਮਾਲ ਸੁਕਣ ਨੇਣਨਾ ਸਾਵਨ ਛੇ ਬਰਸੀਗ ਮਾਨੋ ਪੈ ਰਹੀ ਰੋਂਦੀ ਰੋਂਦੀ ਫੇਰ ਆਹ ਈਉਂ ਮਾਰਦੀ ਜੇ ਤੂੰ ਮਿੱਤਰ ਅਸਾੜੜਾ ਇੱਕ ਭੋਰੀ ਨਾ ਵਿਛੋੜ ਜਿਉ ਮਹਿੰਜਾ ਤਉ ਮੋਇਆ ਕਦ ਪੱਸੀ ਜਾਨੀ ਤੋਏ ਏ ਕੈਨਿਕਲੀ ਬਾ ਰੁਮ ਕੇ ਹੋ ਤਰੀ ਸਖੀ ਰਹੀ ਅਟਕਾਏ اٹਕੀ ਨਾ ਰਹੀ ਡਾੜੀ ਬੇਪਰਵਾ ਵਾਂਗੂ ਪਾਉਣ ਦੇ ਸਿੱਧੇ ਜਾਂਦੀ ਰਹਾ ਨਦੀ ਚੜ੍ਹਾਉ ਨੂੰ ਗਿਰਦੇ ਨਾਲੇ ਜਾਣ ਹੰਜੂ ਸੋਹਣੇ ਕਿਣਕੇ ਜ਼ਿਕਰ ਤਰੇਹਲ ਟਪਕਣ ਫੁੱਲ ਤੋਂ ਜਦੋਂ ਚਲੈਂਦੀ ਪਾਉਣ ਉਹਨਾ ਹਿਲਾਉਂਦੀ ਹਾਂਜੀ ਕਿਣਕੇ ਜ਼ਿਕਰ ਤਰੇਹਲ ਟਪਕਣ ਫੁੱਲ ਤੋਂ ਜਦੋਂ ਚਲੈਂਦੀ ਪਾਉਣ ਉਹਨਾ ਹਿਲਾਉਂਦੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰੂਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ